ਇੱਕ ਦਿਹਾੜੇ ਰੱਬ ਹਜ਼ਰਤ ਯਾਕੂਬ ਕੀ ਆਖਿਆ, ਤੂੰ ਆਪਣੇ ਪਿਓ ਦਾਦੇ ਨੇ ਮੁਲਖੇ ਵਿੱਚ ਆਪਣੇ ਰਿਸ਼ਤੇਦਾਰਾਂ ਕੋਲ ਮੁੜੀ ਜਾ, ਤਾਂ ਮੈਂ ਤੁਹਾਡੇ ਨਾਲ ਰਹਿ ਸਾਂ। ਤਾਂ ਹਜ਼ਰਤ ਯਾਕੂਬ ਬੀਬੀ ਰਾਖਲ ਅਤੇ ਬੀਬੀ ਲਿਆਹ ਕੀ ਮੈਦਾਨਾਂ ਵਿੱਚ ਜਿੱਥੇ ਉਹਨਾਂ ਦੀਆਂ ਭੇਡਾਂ ਬੱਕਰੀਆਂ ਸਨ ਬੁਲਾਇਆ। ਉਹਨਾਂ ਆਖਿਆ, ਮੈਂ ਤੱਕਿਆ ਕਿ ਤੁਸਾਂ ਨੇ ਪਿਓ ਨਾਲ ਰਵੱਈਆ ਪਹਿਲੇ ਨਾਲੋਂ ਕੁਝ ਬਦਲਿਆ ਵਾ, ਪਰ ਮਾੜੇ ਪਿਓ ਨੇ ਖੁਦਾ ਮਾੜਾ ਸਾਥ ਦਿੱਤਾ ਹੈ। ਤੁਸਾਂ ਕੀ ਪਤਾ ਹੈ ਕਿ ਮੈਂ ਆਪਣੇ ਜ਼ੋਰਾਂ ਦੇ ਮੁਤਾਬਕ ਤੁਸਾਂ ਨੇ ਪਿਓ ਦੀ ਖਿਦਮਤ ਕੀਤੀ ਹੈ, ਪਰ ਤੁਸਾਂ ਨੇ ਪਿਓ 10 ਵਾਰੀ ਮਿਕੀ ਧੋਖਾ ਦੇ ਕੇ ਮਾੜੀ ਮਜ਼ਦੂਰੀ ਬਦਲਾਈ ਹੈ, ਪਰ ਅੱਲਾਹ ਤਾਲਾ ਮਿਕੀ ਉਸ ਕੋਲੋਂ ਨੁਕਸਾਨ ਨਹੀਂ ਪਹੁੰਚਣ ਦਿੱਤਾ। ਫਿਰ ਯਾਕੂਬ ਆਪਣੇ ਅੱਗੇ ਖਬਰ ਦੇਣੇ ਵਾਲਿਆਂ ਕੀ ਆਪਣੇ ਭਰਾ ਈਸੋ ਦਰ ਭੇਜਿਆ, ਜਿਹੜੇ ਸਾਈਰ ਯਾਨੀ ਅਦੂਮ ਦੇ ਮੁਲਕਾਂ ਵਿੱਚ ਆਬਾਦ ਸਨ। ਖਬਰ ਦੇਣੇ ਵਾਲਿਆਂ ਮੁੜੀ ਕੇ ਆਖਿਆ, ਤੁਸਾਂ ਨਾ ਭਰਾ 400 ਬੰਦਿਆਂ ਕੀ ਨਾਲ ਕੀ ਨਹੀਂ ਕਿ ਤੁਸਾਂ ਕੀ ਮਿਲਣੇ ਵਾਸਤੇ ਅਸ਼ਨਾ ਪਿਆ। ਹਜ਼ਰਤ ਯਾਕੂਬ ਬਹੁ ਡਰੀ ਕੇ ਆਪਣੇ ਨਾਲ ਵਾਲਿਆਂ ਬੰਦਿਆਂ ਕੀ ਦੋਵਾਂ ਹਿੱਸਿਆਂ ਵਿੱਚ ਤਾਂ ਭੇਡਾਂ ਬੱਕਰੀਆਂ ਗਾਈਆਂ ਦਾਂਦਾਂ ਦਾ ਊਂਠਾਂ ਕੀ ਦੋਵਾਂ ਅਜੜਾਂ ਵਿੱਚ ਤਕਸੀਮ ਕਰੀ ਛੋੜਿਆ। ਫਿਰ ਹਜ਼ਰਤ ਯਾਕੂਬ ਦੁਆ ਕੀਤੀ, ਐ ਮਾੜੇ ਦਾਦਾ ਇਬਰਾਹੀਮ ਔਰ ਮਾੜੇ ਬਾਪ ਇਸਹਾਕ ਨੇ ਖੁਦਾ, ਮਾੜੀ ਦੁਆ ਸੁਣ। ਐ ਰੱਬ, ਤੂੰ ਆਪੂ ਮਿਕੀ ਦੱਸਿਆ, ਆਪਣੇ ਮੁਲਕ ਤੇ ਆਪਣੇ ਰਿਸ਼ਤੇਦਾਰਾਂ ਕੋਲ ਵਾਪਸ ਜਾ, ਤੇ ਮੈਂ ਤੁਕੀ ਕਾਮਯਾਬੀ ਦੇ ਸਾਂ। ਮੈਂ ਤੁਹਾਡੀਆਂ ਸਾਰੀਆਂ ਰਹਿਮਤਾਂ ਤੇ ਵਫ਼ਾਦਾਰੀਆਂ ਨੇ ਕਾਬਿਲ ਨਾ ਜਿਹੜੀਆਂ ਤੂੰ ਆਪਣੇ ਇਸ ਬੰਦੇ ਨਾਲ ਕੀਤੀਆਂ, ਕਿਉਂਕਿ ਮੈਂ ਸਿਰਫ ਆਪਣੀ ਸੋਟੀ ਕਿਨੀ ਕੇ ਦਰਿਆਏ ਉਰਦਨ ਨੇ ਪਾਰ ਗਿਆ ਸਾਂ, ਤੇ ਹੁਣ ਮਾੜੇ ਕੋਲ ਦੋ ਗਰੋਹ ਹਨ। ਹੁਣ ਮਾੜੀ ਅਰਜ਼ ਸੁਣੀ ਕਿਨ, ਤਾਂ ਮਾੜੇ ਭਰਾਊ ਏਸੂ ਕੋਲੋਂ ਮਿਕੀ ਬਚਾਈ ਕਿਨ। ਮੈਂ ਉਸ ਕੋਲੋਂ ਡਰਨਾ ਕਿ ਉਹ ਅੱਛੀ ਕਿ ਮਿਕੀ ਤਾਂ ਮਾੜੀਆਂ ਬੱਚਿਆਂ ਕੀ ਮਾਵਾਂ ਸਮੇਤ ਮਾਰੀ ਨਾ ਸੱਟੇ। ਇਹ ਤੁਹਾਡਾ ਹੀ ਆਖਣਾ ਹੈ ਕਿ ਮੈਂ ਤੁਹਾਡੇ ਨਾਲ ਜ਼ਰੂਰ ਚੰਗਿਆਈ ਕਰਸਾਂ, ਤਾਂ ਤੁਹਾਡੀ ਨਸਲਾਂ ਸਮੁੰਦਰ ਨੀ ਰੇਤੂ ਨੀ ਤਰ੍ਹਾਂ ਬਦਾਸਾਂ ਜਿਹੜੀਆਂ ਗਿਣਨ ਨਾ ਹੋ ਸਨ। ਉਸ ਰਾਤੀ ਉਹ ਉੱਠੇ ਤਾਂ ਆਪਣੀਆਂ ਦੋਵਾਂ ਜਨਾਨੀਆਂ, ਦੋਵਾਂ ਲੋਂਡੀਆਂ ਤੇ 11 ਪੁੱਤਰਾਂ ਕੀ ਕਿਨੀ ਕੇ ਦਰਿਆ ਯਬੂਕ ਉਸ ਜਗ੍ਹਾ ਤੋਂ ਪਾਰ ਕਰਵਾਇਆ ਜਿੱਥੋਂ ਕੱਟ ਡੂੰਘਾ ਸੀ। ਫਿਰ ਉਹਨਾਂ ਆਪਣਾ ਸਾਰਾ ਸਾਮਾਨ ਵੀ ਪਾਰ ਪਹੁੰਚਾਈ ਛੋੜਿਆ। ਪਰ ਉਹ ਆਪੂ ਇਕੱਲੇ ਰਹਿ ਗਏ। ਵੇਲੇ ਇੱਕ ਬੰਦਾ ਆਇਆ ਤੇ ਪੋ ਫੁੱਟਣੇ ਤੱਕ ਉਹਨਾਂ ਨਾਲ ਕੁਸ਼ਤੀ ਕਰਨਾ ਰਿਹਾ। ਜਦੋਂ ਉਸ ਬੰਦੇ ਤੱਕਿਆ ਕਿ ਉਹ ਹਜ਼ਰਤ ਯਾਕੂਬ ਕੋਲੋਂ ਜਿੱਤਣਾ ਨਹੀਂ ਪਿਆ, ਤਾਂ ਉਸ ਉਹਨਾਂ ਨੇ ਸੁੰਜਾ ਕੇ ਹੱਥ ਲਾਇਆ ਤੇ ਉਹਨਾਂ ਨਾਲ ਜੋੜ ਨਿਕਲੀ ਗਿਆ। ਫਿਰ ਬੰਦੇ ਆਖਿਆ, ਮਿਕੀ ਜਾਣ ਦੇ ਕਿਉਂਕਿ ਪੋਹ ਫੁੱਟੀ ਗਈ ਹੈ। ਪਰ ਉਹਨਾਂ ਆਖਿਆ, ਜਿਸ ਵੇਲੇ ਤੱਕ ਤੁਸਾਂ ਮਿਕੀ ਬਰਕਤ ਨਾ ਦੇਸੋ, ਮੈਂ ਤੁਸਾਂ ਕੀ ਜਾਣ ਨਹੀਂ ਦੇਣਾ। ਬੰਦੇ ਪੁੱਛਿਆ, ਤੁਹਾਡਾ ਕਹਿ ਨਾਂ ਹੈ? ਉਹਨਾਂ ਆਖਿਆ, ਯਾਕੂਬ। ਫਿਰ ਬੰਦੇ ਆਖਿਆ, ਅੱਜ ਤੋਂ ਬਾਅਦ ਤੁਹਾਡਾ ਨਾਂ ਯਾਕੂਬ ਨਾ ਬਲਕਿ ਇਸਰਾਈਲ ਹੋ ਸੀ, ਕਿਉਂਕਿ ਤੂੰ ਖੁਦਾ ਤਾਂ ਬੰਦਿਆਂ ਨਾਲ ਜ਼ੋਰ ਅਜ਼ਮਾਈ ਕੇ ਡਾਢਾ ਹੋਈ ਗਿਆ ਹੈ। ਫਿਰ ਬੰਦੇ ਉਹਨਾਂ ਕੀ ਬਰਕਤ ਦਿੱਤੀ। ਹਜ਼ਰਤ ਯਾਕੂਬ ਉੱਪਰ ਤੱਕਿਆ ਕਿ ਹਜ਼ਰਤ ਏਸੋ 400 ਬੰਦੇ ਨਾਲ ਕਿਨੀ ਕੇ ਅਸ਼ਨੇ ਪਏ। ਤਾਂ ਫਿਰ ਉਹਨਾਂ ਬੱਚਿਆਂ ਕੀ ਬੀਬੀ ਲਿਆ, ਬੀਬੀ ਰਾਖਲ ਤੇ ਦੋਵਾਂ ਲੋਂਡੀਆਂ ਵਿੱਚ ਵੰਡੀ ਛੋੜਿਆ। ਉਹਨਾਂ ਲੋਂਡੀਆਂ ਤਾਂ ਉਹਨਾਂ ਨੇ ਬੱਚਿਆਂ ਕੀ ਸਾਰਿਆਂ ਕੋਲੋਂ ਅੱਗੇ, ਤਾਂ ਬੀਬੀ ਲਿਆ ਤਾਂ ਉਹਨਾਂ ਨੇ ਬੱਚਿਆਂ ਕੀ ਉਹਨਾਂ ਨੇ ਪਿੱਛੇ, ਤਾਂ ਫਿਰ ਬੀਬੀ ਰਾਖਲ ਤੇ ਹਜ਼ਰਤ ਯੂਸਫ ਕੀ ਸਾਰਿਆਂ ਕੋਲੋਂ ਪਿੱਛੇ ਰੱਖਿਆ। ਤਾਂ ਉਹ ਆਪੂ ਇਹਨਾਂ ਨੇ ਅੱਗੇ ਅੱਗੇ ਟੁਰੇ ਤਾਂ ਆਪਣੇ ਭਰਾ ਕੋਲ ਪਹੁੰਚਣੇ ਤੱਕ 7 ਵਾਰੀ ਜ਼ਮੀਂ ਪਰ ਝੁੱਕੇ। ਪਰ ਹਜ਼ਰਤ ਈਸੋ ਉਹਨਾਂ ਕੀ ਮਿਲਣੇ ਵਾਸਤੇ ਦੌੜੇ ਤਾਂ ਉਹਨਾਂ ਕੀ ਗਲੇ ਨਾਲ ਲਾਈ ਪਿਆਰ ਦਿੱਤਾ, ਤਾਂ ਦੋਏ ਰੋਣ ਲੱਗੀ ਪਏ। ਫਿਰ ਹਜ਼ਰਤ ਈਸੋ ਜਨਾਨੀਆਂ ਤਾਂ ਬੱਚਿਆਂ ਕੀ ਤੱਕਿਆ ਤਾਂ ਪੁੱਛਿਆ, ਇਹ ਤੁਹਾਡੇ ਨਾਲ ਕੌਣ ਹਨ? ਉਹਨਾਂ ਆਖਿਆ, ਇਹ ਉਹ ਬੱਚੇ ਹਨ ਜਿਹੜੇ ਅੱਲਾਹ ਤਾਲਾ ਤੁਹਾਡੇ ਇਸ ਖਾਦਮ ਕੀ ਬਖਸ਼ੇ ਹਨ। ਫਿਰ ਲੋਂਡੀਆਂ ਤਾਂ ਇਹਨਾਂ ਨੇ ਬੱਚੇ ਨੇੜੇ ਆਏ ਤਾਂ ਆਪਣੇ ਸਿਰਾਂ ਕੀ ਥੱਲੇ ਕੀਤਾ। ਫਿਰ ਬੀਬੀ ਲਿਆ ਤਾਂ ਉਹਨਾਂ ਨੇ ਬੱਚਿਆਂ ਨੇੜੇ ਅੱਛੀ ਆਪਣੇ ਸਿਰ ਥੱਲੇ ਕੀਤੇ। ਆਖਿਰਕਾਰ ਬੀਬੀ ਰਾਖਲ ਤੇ ਹਜ਼ਰਤ ਯੂਸਫ ਵੀ ਕੋਲ ਆਏ ਤਾਂ ਆਪਣੇ ਸਿਰ ਥੱਲੇ ਕੀਤੇ।
پھر حضرت عیسو سعیر آلے پاسا موڑی کے ٹورن لگی پے تا حضرت یعقوب ملک کنان نے شہر سکم وچ پہنچے تا انہاں اپنے تمبو شہر نے سامنے لائے پھر اللہ تعالیٰ یعقوب کی آخیا تو بیت ایل در جا تا اتھے بس تا اتھے ماڑے وستہ ایک قربانی دینے والی جگہ بنا میں جڑا اس ویلے تاڑے پر ظاہر ہویا ساں جد تو اپنے پراؤ کولو نسنا پیا سیں حضرت یعقوب نے اتھے پہنچنے تو بعد اللہ تعالیٰ انہاں پر پھر ظاہر ہویا تا برکت دتی اس انہاں کی آخیا تواڑا نا یعقوب ہے پر تو کی ہن یعقوب نے نائے نال نہیں بلایا جان لگا بلکہ ہن تواڑا نا اسرائیل ہو سی اس طرح خدا انہاں نا نواں نا اسرائیل رکھیا اللہ تعالیٰ حضرت یعقوب کی آخیا میں قادر مطلق خدا تو پھلے پھلے تبدیں تواڑے کولوں ہک قوم بلکہ بہت ساریاں قوماں جمسن تا بادشاہ تواڑی نسلاں وچوں ہوسن اے ملک جیڑا میں ابراہیم تے اسحاق کی دتا اتو کی وی دیساں تے تواڑے تو بعد نیاں نسلاں کی وی دیساں پھر حضرت یعقوب اس جگہ جتھے اللہ تعالیٰ انہاں نال ہم کلام ہویا سی یاداشت وستہ ہک بٹا کھلائی کے ہک تھم بنایا تے اس پر میں تے زیتون نہ تیل بھائی اسی اللہ وستہ مختص کری چھوڑیا پھر وہ اپنے کار والیاں سمیت بیت ایل تو ٹرے تو افراتا تھوڑے فاصلے پر ہی رہ گیا سی کہ بی بی راخل کی درد شروع ہوئی گیا تو سخت تکلیف ہوئی وہ سخت دردہ وچ سی تو دائی انہاں کی آخیا ڈرو نا تساں نہ ہک ہور پتر ہویا اس طرح ہویا کہ بی بی راخل مرنیا مرنیا اس پترے نا نام بن اونی یعنی تکلیف نا پتر رکھیا پر حضرت یعقوب اس نا نام بنیامین مطلب برکت والا پتر رکھیا اس طرح بی بی راخل مری گئے افراتا یعنی بیت لحم نے رائے وچ انہ کی دفنایا گیا پھر حضرت یعقوب اپنے پیو حضرت اسحاق کول پہنچی گئے جڑے حبرون نے کول ممرے وچ رہنے سن اتھے حضرت اسحاق تے انہاں تو پہلے حضرت ابراہیم اجنبی نی حیثیت نال رہنے ہونے سن اس ویلے حضرت اسحاق 180 سالہ نے سن تاں او فوت ہوئی گئے تے انہاں نے پتراں حضرت عیسو تے حضرت یعقوب انہاں کی دبی چھوڑیا